ਬਾਈ ਜੱਗੀ ਕੁੱਸੇ ਦੀ ਕਹਾਣੀ, ਰੱਬ ਵਰਗੇ ਯਾਰ, ਪੰਜਾਬ ਰੋਡਵੇਜ ਦੀ ਪਹਿਲੀ ਬੱਸ ਤੋਂ ਕਰਮਾ ਉਤਰਿਆ, ਉਹਨੇ ਪੂਰੀਆਂ ਨਾਸਾਂ ਖੋਲ ਕੇ ਪਿੰਡ ਦਾ ਸਾਹ ਲਿਆ। ਪਿੰਡ ਦੀ ਮਿੱਟੀ ਦੀ ਮਹਿਕ ਚੰਦਨ ਵਰਗੀ ਲੱਗੀ, ਤਰੇੜ ਨਾਲ ਭਿੱਜੀ ਮਿੱਟੀ ਜਿਵੇਂ ਸ਼ੁਕਰਾਨੇ ਦੇ ਵਿੱਚ ਅਡੋਲ ਪਈ ਹੈ ਤੇ ਕਹਿ ਰਹੀ ਹੈ, ਕਰਮਿਆ ਆਪ ਤੇਰੇ ਪਿੰਡ ਦੀ ਮਿੱਟੀ। ਕਰਮਾ ਲੁਧਿਆਣੇ ਪਟੇ ਕਮਾਣੀਆਂ ਦਾ ਕੰਮ ਕਰਦਾ, ਘੱਟ ਜ਼ਮੀਨ ਵਾਲਾ ਜੱਟਾਂ ਦਾ ਮੁੰਡਾ, ਮਾੜਕੂ ਸ਼ਿੰਦੇ ਦਾ ਭਾਈ। ਭਾਦੋਂ ਤੋਂ ਡਰਦਾ ਜੱਟ ਜਿਵੇਂ ਸਾਧ ਹੋਇਆ, ਖੇਤੀ ਤੋਂ ਡਰਦਾ ਉਹ ਪਟੇ ਕਮਾਣੀਆਂ ਦਾ ਕੰਮ ਕਰਨ ਲੱਗ ਗਿਆ। ਸਵੇਰੇ ਸਵੇਰੇ ਲੋਕ ਖੇਤਾਂ ਨੂੰ ਜਾ ਰਹੇ, ਜੰਗਲ ਪਾਣੀ ਜਾ ਰਹੇ, ਜਾਨਵਰ ਚਹਿਕ ਰਹੇ ਸੀ, ਚੜ੍ਹਦੇ ਸੂਰਜ ਦੀ ਲਾਲੀ ਰੋਸ਼ਨੀ ਬਣ ਕੇ ਡੁੱਲ ਰਹੇ ਸੀ, ਘਾਹ ਤੇ ਪਈ ਤਰੇਲ ਦੇ ਤੁਪਕੇ ਮੋਤੀ ਲੱਗੇ ਸੀ, ਕਿਸੇ ਪਾਸਿਓਂ ਪਸ਼ੂ ਰੰਭਣ ਦੀ ਆਵਾਜ਼ ਆਉਂਦੀ ਸੀ, ਕਿਤੇ ਜੇਠ ਬਰੂਰਾ ਸੁੱਟ ਰਿਹਾ ਸੀ ਹਰੇ ਤੇ ਭਰਜਾਈ ਪਿੱਛੇ ਦੁੱਧ ਚੋਣ ਮੱਝਦੇ ਬੈਠੀ, ਕਿਤੇ ਕੋਈ ਅਮਲੀ ਹੁੰਗਾ ਮਾਰ ਰਿਹਾ ਸੀ, ਚਾਹ ਦੀ ਘਾਟ ਸੀ, ਕੋਈ ਲੰਡਰ ਜਾਂ ਕੁੱਤਾ ਕਿਤੇ ਭੌਂਕ ਰਿਹਾ ਸੀ, ਦੋਜੀਆਂ ਦਾ ਜਿਹੜਾ ਢੋਲ ਉਹ ਖੜਕ ਰਿਹਾ ਸੀ ਗਲੀ ਚ, ਜ਼ਿੰਦਗੀ ਦੀ ਧੜਕਣ ਚੱਲ ਰਹੀ ਸੀ। ਜਾ ਕੇ ਮੂਹਰੇ ਇੱਕ ਬਜ਼ੁਰਗ ਬੈਠਾ, ਤਾਇਆ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੋਲਦਾ, ਉਹ ਆ ਗੁਰਪ੍ਰਕਾਰ ਭਾਈ ਕਰਮਿਆ, ਆ ਮੱਲਾ ਸਤਿਗੁਰ ਰਾਜੀ ਰੱਖੇ ਬਾਹਲੀ ਦਵੇ, ਹੋਰ ਕਿਵੇਂ ਆ? ਬਸ ਤਾਇਆ ਜੀ ਤੁਰੇ ਹੀ ਆਉਣੇ ਆ, ਹੋਰ ਨਵੀਂ ਤਾਜੀ? ਨਵੀਂ ਤਾਜੀ ਮੱਲਾ ਕੀ ਹੈ, ਤੇਰੇ ਘਰੋਂ ਸਰਗਵਾਸ ਹੋ ਗਈ, ਤਿੰਨੇ ਕੁੜੀਆਂ ਨਾਲ ਮਾਰਲੀਆਂ ਸਹੁਰੀ ਨੇ, ਪਿੰਡ ਸਾਰੇ ਬੱਦੂ ਕਰਤਾ, ਏਰੀਏ ਦੇ ਵਿੱਚ ਸਾਡਾ ਬੁਰਾ ਹਾਲ ਹੋਇਆ ਪਿਆ, ਮੈਨੂੰ ਪਤਾ ਤੈਨੂੰ ਇਹ ਚੀਜ਼ ਦਾ ਮੱਲਾ ਪਤਾ ਨੀ, ਪਰ ਪੱਟੇ ਗਏ ਆਪਾਂ ਤਾਂ। ਤਾਇਆ ਛਤੜੇ ਵਾਂਗੂ ਕੰਬਿਆ, ਹੱਥ ਦੇ ਵਿੱਚ ਸੋਟੀ ਲੈ ਕੇ ਇੱਕੋ ਵਾਰ ਕਮਿਸ਼ਨ ਵਾਂਗੂ ਨੇ ਸਾਰੀਆਂ ਗੱਲਾਂ ਕਹੀ। ਕੀ ਗੱਲ ਹੋ ਗਈ ਤਾਇਆ ਜੀ? ਬਸ ਹੁਣ ਤੂੰ ਮੱਲਾ ਘਰੇ ਜਾ ਕੇ ਪੁੱਛ। ਉਹਦੇ ਕੰਨ ਟੀ ਟੀ ਕਰਨ ਲੱਗੇ, ਇੱਕ ਪਾਸਿਓਂ ਗਿਰਜ ਕਰਲਾ ਕੇ ਹੱਡਾ ਰੋੜੀ ਦੇ ਵਿੱਚੋਂ ਅਸਮਾਨ ਨੂੰ ਚੜੀ, ਕਰਮਾ ਬਹੁਤ ਦਾ ਹੀ ਘਰੇ ਪਹੁੰਚਿਆ। ਜਾਂਦੇ ਦੇਖਿਆ ਬੀਬੀਆਂ ਸਾਰੀਆਂ ਬੈਠੀਆਂ ਡਰੀ ਗਾਉਂਗੋ, ਉਹਨਾਂ ਨੇ ਦੋਲਿਆਂ ਤੇ ਬੈਠੀਆਂ ਨੇ ਕਰਮੇ ਨੂੰ ਦੇਖਿਆ। ਬੇਬੇ, ਕਰਮੇ ਨੇ ਉੱਚੀ ਦੇ ਕੇ ਆਵਾਜ਼ ਮਾਰੀ, ਕਰਮਾ ਹੈ? ਹਰਕੌਰ ਨੇ ਜਿਵੇਂ ਬਹੁਤ ਚਿਰ ਬਾਅਦ ਆਵਾਜ਼ ਦਿੱਤੀ, ਹਾਂ ਬੇਬੇ ਆ ਗਿਆ ਪੁੱਤ। ਇੰਨਾ ਕਹਿ ਕੇ ਮਾਂ ਪੁੱਤ ਨੇ ਜੱਫੀ ਪਾਈ, ਕਿਵੇਂ ਪੈ ਰਹੇ ਨੇ ਪੁੱਤ? ਆ ਵੀ ਦਿਨ ਵੇਖਣੇ ਸੀ, ਬੇਬੇ ਨੇ ਨੱਕ ਦੀਆਂ ਅਸੀਂ ਫਰਕੀਆਂ, ਕੋਈ ਬੰਨਿਆ ਬੰਨ ਡੁੱਲ ਗਿਆ ਤਾਂ ਹੀ ਬੇਬੇ ਰੋਣ ਲੱਗੀ। ਹੌਲੀ ਹੌਲੀ ਘਰ ਦੇ ਜੀ ਗੁਆਂਢੀ ਇਕੱਠੇ ਹੋ ਗਏ ਪਰਲੀ ਬੈਠਕ ਦੇ ਵਿੱਚ, ਗਿੱਲ, ਬਰਾੜ, ਇੰਦਰ, ਬਿਲਕੁਲ ਕਰਮੇ ਦੇ ਸ਼ਿੰਦੇ ਦੇ ਭਾਈ ਦੇ ਯਾਰ, ਜਿਹਦੇ ਚੋਂ ਸ਼ਿੰਦਾ ਤੇ ਇੰਦਰ ਪੂਰੇ ਕਾਮਰੇਡ, ਗਿੱਲ ਤੇ ਬਰਾੜ ਕਰੜੇ ਸਿੱਖ ਰੌਣ ਰਿਚਾਂ ਵਾਲੇ ਬੰਦੇ ਸੀ, ਭਾਈ ਯਾਰੀ ਕਾਮਰੇਡਾਂ ਨਾਲ ਬਹੁਤ ਸੀ। ਦੋਨੇ ਮੁੱਛਾਂ ਗੀਸ ਕੇ ਰੱਖਦੇ, ਇੰਦਰ ਪੂਰਾ ਖਾਤਾਲਾ ਸੀ, ਸ਼ਿੰਦਾ ਵੀ ਖਾਤਾਲਾ ਸੀ, ਪਰ ਯਾਰੀ ਬਹੁਤ ਸੀ। ਹੈ ਬੇਬੇ ਉਹ ਸੱਚੀ ਉਹ ਮਰ ਗਈ? ਕਰਮੇ ਨੇ ਫੇਰ ਪਾਗਲਾਂ ਨੂੰ ਪੁੱਛਿਆ। ਸਦਾਈਆਂ ਵਾਂਗੂ ਸਿੱਧਾ ਸਲੋਟ ਬੇਬੇ ਵੱਲ ਝਾਕ ਰਿਹਾ ਸੀ, ਗਿੱਦੜ ਦੀ ਖੱਡ ਵਾਂਗੂ ਡੂੰਘੀਆਂ ਅੱਖਾਂ ਚ ਉਹ ਕੰਪ ਰਿਹਾ ਸੀ। ਪੁੱਤ ਡਾਢੇ ਅੱਗੇ ਕਾਹਦਾ ਜ਼ੋਰ ਆ ਸ਼ੇਰਾ? ਬੇਬੇ ਮੈਨੂੰ ਸੱਦਿਆ ਕਾਹਤੋਂ ਨਹੀਂ? ਵੇ ਸ਼ੇਰਾ ਇੱਥੇ 15 ਜੀ ਬੈਠੇ ਸੀ, ਉਹਨਾਂ ਨੇ ਕੀ ਕਰ ਲਿਆ? ਮੈਂ ਮੂੰਹ ਤਾਂ ਵੇਖ ਲੈਂਦਾ ਜਾਂਦੀ ਦਾ। ਵੇ ਸ਼ੇਰਾ ਕਿਹੜਾ ਕੋਈ ਸੁਰਤ ਸੀ, ਭੰਮਾਲੀ ਆ ਗਈ, ਤਿੰਨ ਪੋਤੀਆਂ ਤੇ ਨੂੰਹ ਦਾ ਮਰ ਜਾਣਾ, ਮੈਂ ਤਾਂ ਪੁੱਤ ਚੰਦੜੀ ਨੂੰ, ਮੈਨੂੰ ਤਾਂ ਦੋ ਪਏ ਗਏ, ਮੈਂ ਤਾਂ ਹੁਣ ਸੁਰਤ ਚਾਹੀ। ਇੰਨਾ ਕਹਿ ਕੇ ਕਰਮਾ ਘਰੋਂ ਭੱਜ ਲਿਆ, ਰੌਲਾ ਪੈ ਗਿਆ, ਕਰਮਾ ਭੱਜ ਗਿਆ, ਕਰਮਾ ਭੱਜ ਗਿਆ। ਪਿੱਛੇ ਨਾਲ ਦੀ ਬੈਠਕ ਚ ਬੈਠੇ ਗਿੱਲ ਨੂੰ ਦੱਸਤਾ ਵੀ ਕਰਮਾ ਘਰੋਂ ਭੱਜ ਗਿਆ, ਪਿੱਛੇ ਚਾਰੇ ਉਹ ਭੱਜੇ। ਕਰਮੇ ਨੇ ਜਾ ਕੇ ਮੜੀ ਤੇ ਘਰਾਲੀ ਦਿੱਤੇ ਜੋ ਆਖਰੀਆਂ ਤੇ ਜਾ ਕੇ ਖਲਾਰਾ ਪਾਤਾ ਤੇ ਸਾਰਾ ਸਵਾਹ ਚ ਲਿਪੜ ਗਿਆ ਤੇ ਉੱਥੋਂ ਫੜ ਕੇ ਕਰਮੇ ਨੂੰ ਲੈ ਕੇ ਆਏ, ਪਰਾਂ ਘਰੇ ਲਿਆ ਕੇ ਬਿਠਾਇਆ। ਆ ਕੇ ਫਿਰ ਬੇਬੇ ਦੇ ਨਾਲ
ਡੋਲਿਆਂ ਤੇ ਬਿਠਾਇਆ, ਲਿਬੜਿਆ ਬੈਠਾ। ਇੰਦਰਾ ਉਰੇ ਆ ਓਏ, ਬਰਾੜ ਨੇ ਕਿਹਾ। ਇੰਦਰ ਉਰੇ ਆਇਆ, ਗਿੱਲ ਮੂਹਰੇ ਹੋ ਕੇ ਕਹਿੰਦਾ, ਹੈ ਬਈ ਸੋਚੀਏ ਕੀ ਇਹਦਾ ਟੀਕਾ ਟੂਕਾ, ਟੀਕੇ ਟੂਕੇ ਦੀ ਨੀ ਗੱਲ ਹੈ, ਪਹਿਲਾਂ ਇਹਨੂੰ ਖੜਾ ਕਰ ਇੱਥੋਂ ਬੁੜੀਆਂ ਚੋਂ। ਗਿੱਲ ਨੇ ਹੁਕਮੀਆਂ ਕੀਤਾ, ਉਠਾ ਕੇ ਲੈ ਕੇ ਆਏ ਜਦ ਤਾਂ, ਚੱਲ ਤਾਏ ਉਹਨਾਂ ਵੱਲ ਚੱਲਦਿਆਂ ਬੈਠਕ ਚ, ਹਟੋ ਭਾਈ ਇੱਧਰ ਹੋਵੋ ਭਾਈ, ਗੱਲਾਂ ਕਰਦਾ। ਗਿੱਲ ਨੇ ਜਾ ਕੇ ਕਰਮਾ ਕੱਛਾਂ ਦੇ ਵਿੱਚ ਹੱਥ ਪਾ ਕੇ ਖੜਾ ਕਰ ਲਿਆ। ਖੜਾ ਹੋ ਯਾਰ, ਆਹ ਕੀ ਕਰਨ ਲੱਗਿਆ ਹੋਇਆ ਤੂੰ? ਜਾਂਦੇ ਪਹਿਲਾਂ ਗੁਸਲਖਾਨੇ ਚ ਵਾੜਿਆ, ਨਲਾਇਆ, ਕੱਪੜੇ ਬਦਲੇ, ਜਦ ਮੋੜ ਕੇ ਲਿਆਏ ਤਾਂ ਸਾਹਮਣੇ ਦਾਰੂ ਦੀ ਬੋਤਲ ਕੱਢ ਕੇ ਗਿੱਲ ਨੇ ਮੂਹਰੇ ਰੱਖੀ। ਬਰਾੜ ਨੂੰ ਕਹਿੰਦਾ, ਗਲਾਸ ਲਿਆਓ, ਮੇਰੇ ਵੱਲ ਕੀ ਝਾਕਦੇ ਹੋ, ਇੱਕ ਵਾਰ ਕਹੀ ਸੁਣੀ ਦੀ ਨੀ? ਸਾਰੇ ਭੱਜੇ। ਉਹਦੇ ਸੁਭਾਅ ਦਾ ਪਤਾ ਸੀ, ਦਿਲ ਦਾ ਸਾਫ਼ ਸੀ, ਕਰੜਾ ਹੋ ਕੇ ਪੈਂਦਾ ਪਰ ਗੱਲ ਸੱਚੀ ਕਰਦਾ, ਧਰਮ ਤੇ ਖੜ ਕੇ ਗੱਲ ਕਰ। ਬਰਾੜ ਪੈਰੋਂ ਨਿਕਲ ਗਿਆ ਜਦੇ ਜਿਹੜੇ ਪਾਣੀ ਦਾ ਜੱਗ ਤੇ ਗਲਾਸ। ਦੇਖ ਤੇਰੇ ਜੋਕਰੇ ਤੇਰੇ ਸਾਹਮਣੇ ਖੜੇ ਆ, ਚਾਹੇ ਵੱਢ ਕੇ ਨੀਂਹ ਥੱਲੇ ਦੇ ਆ। ਗਿੱਲ ਨੇ ਇੱਕ ਮੁੱਛ ਨੂੰ ਸੱਜਿਓਂ ਉੱਪਰ ਨੂੰ ਕੀਤਾ, ਖੱਬਾ ਹੱਥ ਉਹਦਾ ਦਾੜੀ ਤੇ ਸੀ। ਨਾਲ ਦਿਆਂ ਨੂੰ ਪਤਾ ਵੀ ਜੇ ਦਾੜੀ ਦੇ ਵੱਲ ਕੱਢਦਾ ਹੋਵੇ ਤਾਂ ਫਿਰ ਸੋਚੀ ਪਿਆ ਹੁੰਦਾ ਪੂਰਾ। ਦੇਖ ਮਾੜੀ ਹੋਈ ਆ ਬਹੁਤ ਭਰਜਾਈ ਤੇ ਸਾਡੀਆਂ ਭਤੀਜੀਆਂ ਉੱਠ ਗਈਆਂ, ਪਰ ਫਿਕਰ ਨਾ ਕਰ, ਹੁਣ ਅਸੀਂ ਤੇਰੇ ਨਾਲ। ਵੇਲੇ ਇੱਕ ਵੇਲੇ ਮਰਦਾਂ ਤੇ ਆਉਂਦੇ ਆ, ਉਹ ਬੰਦਾ ਹੀ ਕੀ ਜਿਹਨੇ ਮੱਥੇ ਖਿੜੇ ਮੱਥੇ ਨਾ ਮੜਕਿਆ, ਇਹੋ ਜਿਹੀ ਗੱਲਾਂ ਨੂੰ ਗਿੱਲ ਨੇ ਕਿਹਾ। ਕਰਮੇ ਨੇ ਦੋ ਪੈ ਗਿਲਾ ਤੇ ਸਿੱਧਾ ਹੋ ਗਿਆ ਬੇਬੇ ਨੇ ਆ ਕੇ ਦਰਵਾਜੇ ਚ ਆ ਕੇ ਬੈਠ ਕੇ, ਬੇ ਭਾਈ ਫੁੱਲ ਵੀ ਚੁਗਣੇ ਅੱਜ? ਗਿੱਲ ਨੇ ਅੰਦਰੋਂ ਨਿਕਲ ਗਿਆ, ਬੇਬੇ ਗੱਲ ਸੁਣ ਪਹਿਲਾਂ, ਪਰਾਂ ਹੋ ਗਿਆ ਬੇਬੇ, ਮਸਾਂ ਤਾਂ ਉਹਨੂੰ ਬਰਾਬਰ ਕੀਤਾ, ਫੁੱਲ ਚੁਹੇ ਜਾਣਗੇ, ਹੁਣ ਜਦ ਨਹੀਂ ਹੋਣੀ ਰਹੀ ਮਿੱਟੀ ਇੱਥੇ ਨਹਿਰ ਚ ਸਿੱਟ ਲੈ ਜਾਂ ਹਰਿਦੁਆਰ ਸਿੱਟਿਆ, ਫਰਕ ਕੀ ਹੈ? ਨਾ ਪੁੱਤ ਨਾ ਮੇਰਾ ਦਾਤ ਡੱਡ, ਐ ਨੀ ਹੈ, ਗਤਿਆ ਕਰਾਉਣੀ ਪੈਂਦੀ ਹੈ ਤਾਂ ਲੈ ਕੇ ਜਾਣੀਆਂ ਨੇ ਉੱਥੇ, ਹਰਿਦੁਆਰ ਵਰਦੀਆਂ ਕਰਨੀਆਂ ਨੇ ਮੈਂ ਹਰਿਦੁਆਰ। ਮੈਂ ਸਮਝਦੀ ਹਾਂ, ਮੈਂ ਸਮਝਦਾ ਤੇਰਾ ਬੇਬੇ, ਗੱਲਾਂ ਕਰਦੀਆਂ ਤੂੰ ਬੁੜੀਆਂ ਵਾਲੀਆਂ ਗੱਲਾਂ ਘੱਟ ਕਰ, ਆਰਾਮ ਨਾਲ ਬੈਠ ਅਸੀਂ ਕਰਦੇ ਹਾਂ। ਰੱਬ ਦਾ ਨਾਂ ਕਿਹੜੇ ਰੱਬ ਨੂੰ ਧਿਆਵਾਂ ਪੁੱਤ, ਕੋਈ ਗੱਲ ਨੀ, ਅਖੀਰ ਨੂੰ ਉਹੀ ਬਾੜਦਾ ਭਾਈ, ਕਿਸੇ ਬਜ਼ੁਰਗ ਨੇ ਕੋਲੋਂ ਲੰਘਦੇ ਨੇ ਕਿਹਾ। ਠੀਕ ਆ ਭਾਈ ਆ ਜੀ, ਮੰਨਦੀ ਆ, ਹਰਕੌਰ ਬੇਬੇ ਨੇ ਕਿਹਾ। ਹੱਥ ਨੇ ਫੁੱਲ ਚੁਗਲੇ, ਫੁੱਲਾਂ ਵਾਲੀ ਪੋਟਲੀ ਘਰ ਦੇ ਬਾਹਰ ਦਰਖਤ ਤੇ ਟੰਗਤੀ, ਨੂੰਹ ਤੇ ਪੋਤੀਆਂ ਦੀ ਯਾਦ ਬੇਬੇ ਨੂੰ ਆ ਰਹੀ ਸੀ। ਹੇ ਰੱਬ ਸੱਚਿਆ ਤੇਰੀ ਕੁਦਰਤ, ਹਰਕੌਰ ਨੇ ਕਿਹਾ। ਇਉਂ ਕਰੀਏ ਹੁਣ ਆਪਾਂ ਸਰਪੰਚ ਵੱਲ ਨੂੰ ਚੱਲੀਏ। ਕਰਮਾ ਕਿਉਂਕਿ ਪੁਲਿਸ ਹੇੜੀਆਂ ਦਿੰਦੀ ਫਿਰਦੀ ਸੀ, ਨੇਰੀ ਨੇ ਤਾਏ ਦੇ ਪੁੱਤ ਨੇ ਕਰਮੇ ਦਾ ਨਾਂ ਲਿਖਾਇਆ। ਕਰਮਾ ਸ਼ਿੰਦਾ ਤੁਰਨ ਲੱਗਾ, ਸ਼ਿੰਦੇ ਨੂੰ ਕਹਿ, ਸ਼ਿੰਦਿਆ ਤੂੰ ਬੇਬੇ ਕੋਲ ਹੈ। ਕਰਮਾ ਇੰਦਰ ਗਿੱਲ ਤੇ ਬਰਾੜ ਸਰਪੰਚ ਕੋਲ ਚਲੇ ਗਏ। ਸਰਪੰਚ ਵੱਡੀ ਬੈਠਕ ਚ ਨਵਾਬ ਬਣਿਆ ਬੈਠਾ ਸੀ। ਆਹੀ ਕਾਮਰੇਡੋ ਆ ਜਾਓ, ਨਾ ਚੜੀ ਦੀ ਨਾ ਲੱਥੀ ਨੂੰ, ਮੈਂ ਬੈਠਾ ਭੁੱਪਾ ਪਾਇਆ ਟੱਡ ਨੰਗਾ। ਬਣੈਣ ਜਿਹੜੀ ਉੱਚੀ ਸੀ, ਬਣੈਣ ਦੇ ਥੱਲੇ ਦੀ ਉਹਦੀ ਤੁੰਨ ਦੇਖਦੀ, ਤੁੰਨ ਦੇ ਵਿੱਚ ਬਣੈਣ ਦਾ ਰੇਸ਼ਾ ਇਕੱਠਾ ਹੋਇਆ ਹੋਇਆ ਸੀ। ਬਾਹਾਂ ਤੇ ਬਾਲ, ਛਾਤੀ ਤੇ ਬਾਲ, ਕੰਨਾਂ ਤੇ ਬਾਲ, ਦਾੜੀ ਥੱਲਿਓਂ ਵੀ ਉਸ ਤਰ੍ਹਾਂ, ਗੱਲਾਂ ਤੇ ਵੀ ਉਸ ਤਰ੍ਹਾਂ, ਸਿੰਗਤ ਵੀਤੀ ਇੱਕ ਗਲ ਚ, ਇੱਕ ਖੱਬੇ ਬੰਨੇ ਮੁੰਦਰ ਗਲ, ਸਿਰ ਬਿਲਕੁਲ ਸਾਫ਼ ਗੱਬੇ, ਛੋਟੇ ਜੇ ਗੱਠੇ ਜਿੰਨੀ ਜੂੜੀ, ਅੱਖਾਂ ਲਾਲ ਰੱਤੀਆਂ ਚਰੰਕ। ਜਾ ਚਾਚੀ ਨੂੰ ਕਹਿ ਆਪਣੀ ਨੂੰ ਲੱਪ ਹੋਰ ਪਾਵੇ ਨਾਲ ਜਿਹੜਾ ਪਤੀਲਾ ਉੱਬਲਦਾ ਚਾਹ ਚ। ਹੁਕਮੀਆਂ ਕੀਤਾ ਸਰਪੰਚ, ਕਾਮਰੇਡੋ ਤੁਹਾਨੂੰ ਪਤਾ ਹੀ ਹੈ ਵੀ ਪੰਚਾਇਤ ਨੇ ਗੱਲ ਨੱਪ ਲਈ, ਨਹੀਂ ਤਾਂ ਥਾਣੇਦਾਰ ਬਹੁਤ ਮਾੜੀ ਤੇ ਆਇਆ ਵੀ ਐਸੀ। ਸਰਪੰਚਾ ਜਿਹੜੇ ਸ਼ਰੀਕਾਂ ਨੇ ਸ਼ੁਆਰਾ ਧਰਿਆ ਦਿਖੀ ਜਾਂਦਾ, ਹੁਣ ਤੂੰ ਸਾਡੇ ਹੱਥ ਦੇਖੀ, ਡਲਾ ਮਾਰ ਕੇ ਬੇਰ ਵੱਲ ਨੀ ਦੇਖਦਾ ਗਿੱਲ, ਕਿੱਕਰ ਤੋਂ ਕਾਟੋ ਲਾਉਣ ਦਾ
ਸ਼ੌਕੀਨ ਬੰਦਾ ਮੈਂ ਗਿੱਲ ਕਿਹੜਾ ਹੋ ਗਿਆ, ਠੀਕ ਹੈ, ਮੈਨੂੰ ਮੰਨਦਾ, ਮੈਂ ਮੰਨਦਾ ਜਾਣਦਾ ਤੇਰਾ ਕਰੂਰ ਆ, ਇੱਕ ਵਾਰ ਗੱਲ ਨਿਬੜ ਲੈਣ ਦੇ, ਜੇ ਗੋਡਿਆਂ ਦੀਆਂ ਚੱਪਣੀਆਂ ਖਿਲਰੀਆਂ ਨਾ ਪਿੰਡ ਚ ਵੇਖੀਆਂ ਤਾਂ ਮੈਨੂੰ ਗਿੱਲ ਕਿਹਨੇ ਕਹਿਣਾ। ਗਿੱਲ ਬੈਠਕ ਚੋਂ ਬਾਹਰ ਨਿਕਲਿਆ, ਬਰਾਲਿਆ, ਕਹਿਣਾ ਕਿਉਂ ਕਮਲੀਆਂ ਕਰਦਾ ਹੁੰਦਾ, ਬਹਿ ਜਾ, ਜੇ ਨਾ ਬੱਕਰੇ ਵਾਂਗੂ ਲੱਦ ਕੇ ਸਿੱਟਿਆ ਤਾਂ ਸਾਨੂੰ ਕਿਹਨੇ ਕਹਿਣਾ। ਗਿੱਲ ਫੇਰ ਪੂਰੀ ਕਰਕੇ ਹਟਿਆ, ਬਰਾਲ ਨੂੰ ਪਤਾ ਵੀ ਜਿਹੜੀਆਂ ਮੰਚ ਨੇ ਪੂਰੀਆਂ ਕਹਿ ਕੇ ਹਟਦਾ, ਫਿਰ ਟਿੱਕੇ ਇੰਜਣ ਵਾਂਗੂ ਠੰਡੇ ਠੰਡਾ ਇੰਜਣ ਬਣਦਾ, ਬਹਿ ਜਾ। ਜਦ ਨੂੰ ਚਾਹ ਆ ਗਈ, ਚਾਹ ਦੇ ਨਾਲ ਇੱਕ ਅੱਡ ਚਾਹ ਗਲਾਸਾਂ ਚ ਆਈ, ਬੋਲੂ ਚ ਉੱਬਲੇ ਹੋਏ ਡੋਡੇ ਆ ਗਏ, ਇਉਂ ਕਰੋ ਮੇਰੇ ਅਰਗੇ ਪਹਿਲਾਂ ਹੋਵੋ। ਅੱਛਾ, ਤਾਂ ਫਿਰ ਪਿੰਡ ਚ ਗੱਲ ਤੈਅ ਕੀਤੀ ਹੋਈ ਹੈ ਬਈ ਸਰਪੰਚ ਪੀਣੋਂ ਹਟ ਗਿਆ। ਅੱਛਾ, ਇੱਧਰ ਪਹਿਲਾਂ ਤਰਾਰੇ ਚ ਹੋਵੋ ਫਿਰ ਗੱਲ ਕਰਦੇ, ਇਉਂ ਕਰੋ ਚਾਹ ਚ ਲੱਦ ਲਓ, ਗਲਾਸ ਥੋੜੇ ਥੋੜੇ ਨੀਵੇਂ ਕਰ ਲਓ। ਸਾਰੇ ਲਾਲ ਹੋ ਗਏ, ਗਿੱਲ ਕਹਿੰਦਾ ਨਾ ਮੇਰੇ ਵੱਲ ਨੀ ਹੈ, ਬਰਾੜ ਕਹਿੰਦਾ ਨਾ ਨਾ ਇਹ ਨੀ ਸਾਡਾ ਭਾਈ, ਇਹ ਹੋਰ ਕਿਸਮ ਦਾ। ਗੱਲ ਨਿਬੜ ਜਾਣੀ ਸੀ, ਪਨੇਰੀ ਨੇ ਚੱਕਤੀ ਸਰਪੰਚ ਦੇ ਰੂੰ, ਇਉਂ ਕਰੀਏ ਪਹਿਲਾਂ ਇਹਦੇ ਵਾਲਾ ਟੈਂਟਾਂ ਨਾਲ ਨਵੇੜੀਏ, ਕੱਲ ਨੂੰ ਥਾਣੇਦਾਰ ਦੇ ਮੱਥੇ ਫੇਰ ਲੱਗ ਜਾਂਗੇ। ਗਿੱਲ ਫੇਰ ਹਿੱਲ ਗਏ, ਉਹ ਕਿਉਂ ਕਮਲ ਮਾਰਦੇ ਹੋ, ਦੇਖੋ ਮਸਾਂ 300, 200, 300, 600 ਤੇ ਲਿਖਿਆ, ਹੁਣ ਪਰ ਬੰਦਾ ਪੇਸ਼ ਕਰਨਾ ਕਹੋ। ਮੁਨਸੀ ਮਸੰਦਿਆਂ ਦੇ ਮੂੰਹ ਨੱਪਣੇ ਪੈਣੇ ਨੇ, ਥਾਣੇਦਾਰ ਨਾਲ ਮੇਰੀ ਗੱਲ ਹੈ, ਕੱਲ ਨੂੰ ਕਰਮੇ ਨੂੰ ਪੇਸ਼ ਕਰੀਏ, ਜਦ ਪੇਸ਼ ਦੀ ਗੱਲ ਕੀਤੀ ਕਰਮਾ ਇਕੱਠਾ ਹੋ ਗਿਆ, ਚੰਗਾ ਕਰਾਂਗੇ ਪੇਸ਼ ਫਿਰ। ਗਿੱਲ ਹੋਣੀ, ਬਰਾੜ ਹੋਣੀ, ਚੰਗਾ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਕਹਿ ਗਿਆ। ਦੂਜੇ ਦਿਨ ਹਰ ਕੌਰ ਦਾ ਭਾਈ ਗੱਜਣ ਤੇ ਸ਼ਿੰਦਾ ਫੁੱਲ ਲੈ ਕੇ ਤੁਰ ਗਏ। ਜਦ ਤੁਰਨ ਲੱਗੇ, ਜਹਾਜ਼ ਬਸ ਚੜ੍ਹਨ ਲੱਗੇ ਤਾਂ ਬੇਬੇ ਨੇ ਕਿਹਾ, ਕੁਲਵਿੰਦਰ ਆ ਜਾ ਭਾਈ, ਬਬਲੀ ਗੁੱਡੋ ਪਰਮੀ ਤੁਸੀਂ ਵੀ ਆ ਜਾਓ ਭਾਈ। ਇਹ ਬੇਬੇ ਕੀ ਕਰਦੀ ਆ, ਬਸ ਰੂਹਾਂ ਨੂੰ ਲੈ ਕੇ ਜਾਂਦੀ ਆ ਗਤਿਆ ਕਰਾਉਣ ਹਰਿਦੁਆਰ, ਹਾਕ ਮਾਰ ਕੇ ਲੈ ਕੇ ਗਈ ਆ। ਇੰਦਰੇ ਅੰਦਰ ਉਹਨੀ ਆ ਗਏ, ਸੂਰਜ ਉੱਚਾ ਹੋ ਗਿਆ, ਜੀਪ ਦੇ ਵਿੱਚ ਸਰਪੰਚ ਮੂਹਰੇ ਗਿੱਲ ਨੇ ਬਿਠਾ ਲਿਆ, ਪਿੱਛੇ ਬਰਾੜ, ਇੰਦਰ ਤੇ ਕਰਮਾ, ਤਿੰਨ ਜਾਣੇ ਪਿੱਛੇ ਬੈਠੇ। ਜਿਵੇਂ ਭਲਵਾਨ ਤੁਰਿਆ ਜਾਂਦਾ ਹੁੰਦਾ ਹੈ, ਜੀਪ ਸ਼ਹਿਰ ਚੋਂ ਲੰਘ ਕੇ ਥਾਣੇ ਦੇ ਮੂਹਰੇ ਲੱਗ ਗਈ। ਗੱਲ ਤਹੱਮਲ ਨਾਲ ਕਰਨ ਦੀ ਜ਼ਰੂਰਤ ਆ, ਪੁਲਿਸ ਮੂਹਰੇ ਅੱਜ ਕੱਲ੍ਹ ਬੰਦੇ ਦਾ ਕੋਈ ਜ਼ੋਰ ਨਹੀਂ, ਤੱਤਾ ਲੱਕਿਆ ਮੂੰਹ ਮੱਚ ਜਾਂਦਾ, ਅੱਤਵਾਦ ਜ਼ੋਰਾਂ ਤੇ ਆ, ਪੁਲਿਸ ਵਿਫਰੀ ਹੋਈ ਆ, ਉਹ ਪੁਲਿਸ ਨਹੀਂ ਰਹੀ ਹੁਣ, ਸਰਪੰਚ ਨੇ ਕਿਹਾ। ਜਾਣਦੇ ਆ ਸਾਨੂੰ ਵੀ ਕੋਈ ਭੁੱਲਿਆ ਹੋਇਆ, ਤੇ ਜਾਣਦਾ ਫਿਰ ਮੈਨੂੰ ਕਾਹਨੂੰ ਨਾਲ ਲੱਦੀ ਬੈਠਾ, ਤੂੰ ਕਰ ਲੈ ਗੱਲ। ਸਰਪੰਚ ਸਾਹਿਬ, ਵਕਤ ਦੇ ਮਾਰੇ ਸਾਧ ਬਣੇ ਆ, ਤੇਰਾ ਕਰਦੇ ਆ ਮਾਣ, ਮੂਹਰੇ ਤੈਨੂੰ ਬਿਠਾਈ ਬੈਠਾ, ਗੱਲ ਉੱਚੀ ਨਹੀਂ ਕਰਨੀ, ਅਸੀਂ ਵੀ ਸਰਪੰਚ ਆ ਪਿੰਡ ਦੇ, ਐਵੇਂ ਨਾ ਵੇਖੀ ਕਿਤੇ ਨੰਗ ਜੱਟ ਤੇਰੇ ਨਾਲ ਬੈਠਾ। ਹਾਂ ਮੰਨਦੇ ਆ, ਮੰਨਦੇ ਆ। ਫਿਰ ਸਰਪੰਚ ਮੰਨ ਗਿਆ, ਪਿੰਡ ਚੋਂ ਲੰਘੀ ਜੀਪ ਸਰਪੰਚ ਸਮੇਤ, ਥਾਣੇ ਮੂਹਰੇ ਰੋ ਗਈ। ਸਤਿ ਸ੍ਰੀ ਅਕਾਲ ਸਰਦਾਰ ਵਰਦੀ ਸਾਰ ਸੰਤਰੀ ਨੇ ਅੜਬ ਕੁੱਕਰ ਵਾਂਗੂ ਧਰਤੀ ਤੇ ਪੈਰ ਮਾਰਿਆ। ਸਰਪੰਚ ਪਤਾ ਸੀ ਵੀ ਸਾਂਭੂ, ਜਿਉਂ ਜਿਉਂ ਕਰਮਾ ਥਾਣੇ ਨੂੰ ਜਾਵੇ ਨਾਲ ਤੁਰਿਆ। ਗਿੱਲ ਲੋਣੀ ਬਾਹਰ ਬਹਿ ਗਏ, ਇੰਦਰ ਬਾਹਰ ਬਹਿ ਗਿਆ, ਬਰਾੜ ਅੰਦਰ ਬਹਿ ਗਿਆ। ਤੁਸੀਂ ਟੇਕੋ ਬਾਹਰ, ਗਿੱਲਾ ਤੂੰ ਤਾਂ ਜਮਾ ਹੀ ਨਾ ਆਈ। ਧੰਨ ਭਾਗ, ਮਸਾਂ ਹੀ ਦਰਸ਼ਨ ਕੀਤੇ, ਮਸਾਂ ਹੀ ਦਰਸ਼ਨ ਦਿੱਤੇ ਸਰਪੰਚ ਸਾਹਿਬ। ਮੁਨਸ਼ੀ ਦਫ਼ਤਰ ਚੋਂ ਇਉਂ ਭੱਜਿਆ ਆਇਆ ਜਿਵੇਂ ਭੂਆ ਆ ਗਈ ਹੁੰਦੀ ਆ ਰਾਏਕੋਟ ਵਾਲੀ, ਸੁੱਖ ਵੇਲੇ ਤਾਂ ਤੁਹਾਡੇ ਕੋਲ ਆਈਦਾ ਨੀ। ਨਾਲ ਉਹਨੇ ਕਹਿਰੀ ਨਿਗਾਹ ਨਾਲ ਜਿਵੇਂ ਬੱਕਰੇ ਨੂੰ ਬੁੱਚੜ ਜਿਹੜਾ ਉਹ ਜੋਖਦਾ, ਚਿਟਕਈ ਵਾਂਗੂ ਉਹਨੇ ਕਰਮੇ ਵੱਲ ਨਿਗਾਹ ਮਾਰੀ। ਮੁਨਸ਼ੀ ਜੀ, ਸਰਦਾਰ ਕਿੱਥੇ ਆ? ਰਾਤ ਦੇ ਡਿਊਟੀ ਤੋਂ ਆਏ ਨੇ, ਮੁਕਾਬਲਾ ਹੋ ਗਿਆ, ਅਸੀਂ ਸੁੱਤੇ ਪਏ ਆ ਹਲੇ। ਗੁਰਮੀਤ, ਹਾਂਜੀ, ਜਾ ਤਿੰਨ ਕੱਪ ਚਾਹ ਦੀ ਲਿਆ ਮੱਲਾ। ਤਿੰਨ ਕੱਪ ਚਾਹ ਦੇ ਆ ਗਏ, ਹੌਲੀ ਦੇ ਕੇ ਦਰਾਜ ਖਸਕਾ ਕੇ, ਚੀਕੂ ਚੀਕੂ ਗਰਾਜ ਕਰਦਾ, ਦਰਾਜ ਕਰਦਾ ਮੁਨਸ਼ੀ ਨੇ ਘੋੜਾ ਕੱਢਿਆ, ਮੂਹਰੇ ਰੱਖਿਆ। ਤੈਨੂੰ ਪਤਾ ਸਾਡਾ ਠੀਕ ਹੈ, ਕਹਿੜੇ ਹੋ ਜਾਓ, ਲੈਵੇ ਕਰ ਗਿਆ, ਤੂੰ ਵੀ ਕਹਿੜਾ ਹੋ ਜਾ।
ਨਾ ਜੀ ਮੈਂ ਨਹੀਂ ਕਿਹੜਾ ਹੁੰਦਾ, ਚਾਹ ਪੀਂਦੇ ਠੰਡਦਾਰ ਆ ਗਿਆ, ਵੱਡੀ ਫਵੀ ਵਰਦੀ ਤੇ ਢੁਕਮੀਆਂ ਚੁੱਕਵੀਆਂ ਮੁੱਛਾਂ ਤੇ ਸਿਰ ਤੇ ਬੰਨੀ ਪਟਿਆਲਾ ਸ਼ਾਹੀ ਜਿਹੜੀ ਪੱਗ ਸੋਢੀ ਸਰਦਾਰ ਦਾ ਭੁਲੇਖਾ ਪਾਉਂਦੀ, ਸਰਪੰਚ ਥਾਣੇ ਚ ਇੱਕ ਨੂੰ ਪਾਸੇ ਲੈ ਗਿਆ। ਸਰਦਾਰ ਬੰਦਾ ਹਾਜ਼ਰ ਕਰਤਾ, ਗੱਲ ਕਰਦੇ ਜਾਂ ਨਾਲ ਘੋੜੇ ਵਾਲੇ ਤਬੇਲੇ ਦੇ ਵਿੱਚੋਂ ਘੋੜੇ ਹਿਣਕੇ, ਘੋੜੇ ਹਿਣਕਦੇ ਸਰਦਾਰ ਨੇ ਪਿੱਛੇ ਨੂੰ ਘਾਮੇ ਲਏ, ਘੋੜੇ ਕਿਉਂ ਹਿਣਕਦੇ ਹੈ? ਸਰਦਾਰ ਨੇ ਮੰਚ ਗਿਆ, ਮੈਨੂੰ ਸਰਪੰਚ ਨੂੰ ਪਤਾ ਸੀ, ਬੰਦਾ ਪਾਪੀ ਆਵੜਿਆ ਥਾਣੇ ਤਾਂ ਘੋੜੇ ਹਿਣਕਦੇ ਆ। ਸਰਪੰਚ ਨੇ ਨੂੰ ਦੁਬਾਰਾ ਮੋੜ ਕੇ ਕਿਹਾ, ਬੇਨਤੀ ਆ, ਬੇਨਤੀ ਨੀ ਹੁਕਮ ਕਰੋ ਸਰਪੰਚ ਸਾਹਿਬ ਤੁਸੀਂ ਠੰਡ। ਸਰਦਾਰ ਜੀ ਰੱਬ ਨੂੰ ਜਾਣਦੇ ਆ, ਮੁੰਡੇ ਨੂੰ ਇਹਨੂੰ ਕਿਹੋ ਨਾ ਕੁਛ, ਫੁੱਲ ਦੀ ਨੀ ਲਾਉਂਦੇ। ਦੇਖਿਓ ਸਰਦਾਰ ਜੀ ਮੈਨੂੰ ਫੇਰ ਨਾ ਆਉਣਾ ਪਵੇ, ਗਰੀਬ ਹੈ, ਤੁਸੀਂ ਬੇਚਿੰਤ ਰਹੋ। ਥਾਣੇਦਾਰ ਬੜੀਆਂ ਤੇ ਸਰ ਸੀ, ਮੈਂ ਥਾਣੇਦਾਰ ਨੂੰ ਅੰਦਰ ਆ ਕੇ ਸਰਪੰਚ ਕਰਮੇ ਨੂੰ ਕਹਿੰਦਾ, ਥਾਣੇਦਾਰ ਨੂੰ ਮੈਂ ਠੋਕ ਕੇ ਕਹਿਤਾ, ਸਿਪਾਹੀਆਂ ਦੇ ਇੱਧਰ ਉੱਧਰੀਆਂ ਗੱਲਾਂ ਤੋਂ ਡਰੀ ਨਾ, ਇਹਨਾਂ ਨੇ ਤੈਨੂੰ ਭਜਾਉਣਾ, ਦਬਕਾੜਿਆਂ ਤੋਂ ਡਰਨ ਦੀ ਲੋੜ ਨੀ, ਕੈੜਾ ਰਹੀ ਵੀ ਸਰਪੰਚ ਸਿੱਧੀ ਥਾਣੇਦਾਰ ਸਰਦਾਰ ਨਾਲ ਗੱਲ ਕੇ ਗਿਆ। ਯਾਦ ਰੱਖੀ ਡਰਾਉਂਦੇ ਵੱਧ ਹੁੰਦੇ ਆ, ਕਰਮਾ ਸੋਹਣੇ। ਇੱਕ ਗੱਲ ਹੋਰ, ਜਿੰਨਾ ਡਰੇਗਾ ਓਨਾ ਹੀ ਕਰਨਗੇ। ਪਰ ਹੁਣ ਸਾਊ ਬੰਦਾ ਬਾਹਰ ਲੁਧਿਆਣੇ ਨੌਕਰੀ ਕਰਦਾ ਤੇ ਥਾਣਾ ਕਰਮਾ ਤਾਂ ਥਾਣੇਦਾਰ ਦੇ ਮੂਹਰ ਦੀ ਨਹੀਂ ਸੀ ਲੰਘਦਾ। ਸਰਪੰਚ ਬਾਹਰ ਆ ਗਿਆ, ਚੰਗਾ ਸਲਾਹ ਮੈਂ ਚੱਲਦਾ, ਰੋਟੀ ਖਾ ਕੇ ਜਾਂਦੇ ਰਹੋ, ਮੁਨਸ਼ੀ ਬੋਲਿਆ, ਬਸ ਇੱਕੋ ਹੀ ਗੱਲ ਹੈ, ਇੱਧਰ ਖਿਆਲ ਰਹੋ, ਫਿਕਰੇ ਨਾ ਕਰੋ, ਚੰਗਾ ਕਰਮਿਆ। ਕਰਮੇ ਦਾ ਧਾ ਮਾਰ ਨੂੰ ਜੀ ਕਰੇ, ਜਿਵੇਂ ਮਾਮਾ ਦਿੱਲੀ ਦੇ ਏਅਰਪੋਰਟ ਤੇ ਭਾਣਜੇ ਨੂੰ ਛੱਡ ਕੇ ਜਾਂਦਾ। ਸਰਪੰਚ ਬਾਹਰ ਰੱਖ ਗਿਆ, ਬਰਾ ਅੱਗੇ ਲੋਹਣੀ ਬਾਹਰ ਬੈਠੇ ਸੀ, ਸਰਪੰਚ ਨੂੰ ਵੀ ਬਿਠਾ ਕੇ ਲੈ ਗਏ, ਧੂੜ ਦੇ ਬੰਦਰ ਖਿੰਡ ਕੇ ਗਿੱਲ ਚਲਾਉਂਦਾ ਹੀ ਗਿੱਲ ਨੇ ਸਰਪੰਚ ਨੂੰ ਕਿਹਾ, ਗੱਲ ਪੱਕੀ ਲੈ ਪਿਆ, ਮੈਂ ਕਿਹਾ ਹੱਥ ਨੀ ਲਾਉਂਦੇ, ਆ ਕਿਵੇਂ ਮੀਲ ਪੱਥਰ ਜਾ ਬਣਿਆ ਖੜਾ ਹੈ। ਇੱਕ ਸਿਆਣੀ ਜੀ ਉਮਰ ਦੇ ਸਿਪਾਹੀ ਨੇ ਮੁਨਸ਼ੀ ਨੂੰ ਆ ਕੇ ਪੁੱਛਿਆ, ਕਰਮੇ ਵੱਲ ਨੂੰ ਸਿੱਧੀ ਉਂਗਲ ਕੀਤੀ, ਇਹਨੂੰ ਬਹੂ ਮਾਰਨ ਨੂੰ ਚੱਕ ਕੇ ਹਵਾਲਾਟ ਚ ਸੁੱਟੋ, ਮੁਨਸ਼ੀ ਨੇ ਉੱਚੀ ਦੇ ਕੇ ਕਿਹਾ। ਮੁਨਸ਼ੀ ਨੇ ਇਕਦਮ ਹੁਕਮ ਦਾ ਤੌੜਾ ਕੀਤਾ, ਤਿੰਨ ਸਿਪਾਹੀਆਂ ਨੇ ਆ ਕੇ ਠਾਂ ਆ ਕੇ ਕਰਮਾ ਫੜ ਲਿਆ, ਇਹਨੂੰ ਕੁੱਟੋ ਘੱਟ ਤੇ ਘੜੀਸੋ ਜ਼ਿਆਦਾ, ਅੱਬਲ ਤਾਂ ਇਹਦਾ ਮੁਕਾਬਲਾ ਬਣਾਓ ਅੱਜ ਰਾਤ ਨੂੰ। ਇੱਕ ਪਿੱਛੋਂ ਸਿਪਾਹੀ ਹੋਰ ਆ ਗਿਆ, ਝਾਕਦਾ ਦੇ ਮੇਰਾ ਸਾ ਕਿਵੇਂ ਹੈ, ਪਤਾ ਉਹਨਾਂ ਲੱਗੂ ਜਾ ਪੋਤਾ ਡਿੱਤੋਂ ਕਪੰਦਰਾ ਬਣਾਇਆ ਰਾਤ ਨੂੰ, ਜਮੂਰਾ ਨਾਲ ਨੌ ਖਿੱਚ ਦੋ ਇਹਦੇ, ਫਿਰ ਬੋਲੂ। ਇੱਕ ਨੇ ਥੱਕ ਕੇ ਹਵਾਲਾ ਚ ਦੇਖਿਆ, ਇੱਕ ਪਿੱਛੋਂ ਹੀ ਬੋਲਿਆ। ਉਹ ਰਾਤ ਦੀ ਬਾਅਦ ਘਾਟ ਕਰਕੇ ਉਹਦੀ ਲਾਲ ਪੱਗ ਦੇ ਜਿਹੜੀ ਪੁਲਿਸ ਵਾਲੀ ਸੀ, ਖਾਖੀ ਪੱਗ ਦੇ ਉੱਪਰ ਮੈਲ ਸੀ, ਲਾਲ ਵੀ ਕਾਲੀ ਹੋਈ ਪਈ ਸੀ, ਥੱਲੇ ਚੂਚੀਆਂ ਅੱਖਾਂ ਦੇ ਉੱਪਰ ਉਹਦੀ ਪੱਗ ਆਈ ਹੋਈ ਸੀ ਤੇ ਅੱਖਾਂ ਨਹੀਂ ਸੀ ਦੇਖਣੀ, ਮੱਥਾ ਉਹਦਾ ਪੱਗ ਨੇ ਢੱਕਿਆ ਪਿਆ ਸੀ, ਗਰਦਨ ਪਤਲੀ ਸੀ ਤੇ ਹੱਥਾਂ ਦੀਆਂ ਕੰਗਣੀਆਂ ਵੀ ਪਤਲੀਆਂ ਸੀ, ਤੇ ਇਉਂ ਲੱਗਦਾ ਜਿਵੇਂ ਝੋਲੇ ਚ ਪੰਪ ਪਾਇਆ ਹੁੰਦਾ। ਨੌ ਖਿੱਚਣ ਦੀ ਗੱਲ ਜਾਂ ਉਹਨੇ ਕੀਤੀ, ਕਰਮਾ ਇੱਕ ਬਲ ਦਾ ਉਹਦੇ ਵੱਲ ਝਾਕਿਆ, ਖਿੱਚ ਲੈ ਨਾ ਕੀ ਕਿਹਾ ਹੋਵੇ, ਕੁਛ ਨੀ ਜੀ, ਹਵਾਲਾ ਅੰਦਰੋਂ ਸੜਾਂਦ ਮਾਰ ਰਹੀ ਜਿਵੇਂ ਜਾਨਵਰ ਮਾਰ ਕੇ ਸਿੱਟਿਆ ਹੋਵੇ, ਮੱਛਰ ਬੁਰਕੀਆਂ ਵੱਢਦਾ ਸੀ, ਕੋਈ ਨਾ ਜਵਾਨਾ ਇੱਕ ਦੋ ਦਿਨ ਦੀ ਤਕਲੀਫ ਹੈ ਫਿਰ ਉਹੋ ਜਿਹਾ ਹੋ ਜਾਏਗਾ। ਇੱਕ ਬਜ਼ੁਰਗ ਹੀ ਹਵਾਲਾਤ ਨੇ ਕਿਹਾ, ਪਹਿਲਾਂ ਮੱਛਰ ਬੰਦੇ ਨੂੰ ਖਾਂਦਾ ਫਿਰ ਬੰਦਾ ਮੱਛਰ ਨੂੰ ਖਾਂਦਾ, ਠੀਕ ਠੀਕ ਕਰਕੇ ਜਦ ਹੱਸਿਆ ਉਹ। ਬਾਪੂ ਜੀ ਤੁਸੀਂ ਆਪਣਾ ਤਾਂ ਹਾਲਾਤ ਪੱਕਾ ਹੀ ਹੈ, ਪਿੰਡ ਘੱਟ ਰਹੀਦਾ ਚਵਾਦ ਚ ਇਹਨਾਂ ਦੇ ਵੱਧ ਰਹੀਦਾ, ਤੁਹਾਡੇ ਤੇ ਕੀ ਕੇਸ ਹੈ, ਮੈਂ ਭੁੱਕੀ ਵੇਚਦਾ, ਮੈਨੂੰ ਫੜ ਲਿਆਉਂਦੇ ਨੇ ਇਹ, ਬਸ ਆਪਣਾ ਫਰਕ ਨੀ ਕੋਈ ਹੈ ਬਾਲਾ, ਇੱਥੇ ਸੌਂ ਜਾ ਤੇ ਬਾਹਰ ਸੌਂ ਜਾ, ਐਲ ਪੀ ਰਿਕਾਰਡ ਜਿੱਡੀ ਜਾਂ ਰੋਟੀ ਹੱਥਾਂ ਤੇ ਸਿੱਟਦੇ ਨੇ, ਹੱਥ ਇੱਕ ਵਾਰ ਨੀਵਾ ਹੋ ਜਾਂਦਾ। ਬਾਬੇ ਨੇ ਕਿਹਾ ਰੋਟੀ ਦੀ ਵੀ ਗੱਲ ਦੱਸ। ਦੁਪਹਿਰੇ ਹਵਾਲਾਤੀਆਂ ਨੇ ਕੁਛ ਨਾ ਕੀਤਾ, ਆਥਣੇ ਧਰਦੇ ਸਿਪਾਹੀਆਂ ਨੇ ਜਾਨੀਆਂ ਵਾਂਗੂ ਥਾਣੇ ਵਾਂਗੂ ਗੇੜੇ ਦੇਤੇ, ਦੁਪਹਿਰੇ ਮੀਂਹ ਲਾ ਕੇ ਹੌਲੇ ਹੁੰਦੇ ਪਏ ਤੇ ਅੜਬ ਕੁੱਕੜ ਵਾਂਗੂ ਹਵਾਲਾਤੀ ਨੂੰ ਤਾਣਾ ਮਾਰ ਲਾਂਗੇ, ਅੱਜ ਆਥਣੇ ਕਿਹਦਾ ਪ੍ਰਬੰਧ ਕਰਾਂਗੇ, ਬੇਸ਼ਰਮੀ ਜਿਹੇ ਸਿਪਾਹੀ ਨੇ ਦੂਜੇ ਹਵਾਲਾਤੀ ਨੂੰ ਪੁੱਛਿਆ, ਅੱਜ ਬਹੁ ਮਾਰ ਤੋਂ ਪੀਵਾਂਗੇ, ਦੂਜੇ ਨੇ ਪਿੱਛੋਂ ਆ ਕੇ ਕਿਹਾ, ਬਹੁ ਮਾਰ ਹੀ ਨੌ ਕਰਮ ਦੇ ਧਾਰ ਲਏ, ਕਿਉਂ ਇਹ ਬਹੁ ਮਾਰਾ,
ਚੱਲਦੀ ਆ ਜੇ ਭਾਰਕ ਨਹੀਂ। ਦੇਖੀ ਪੁੱਤ ਅੱਜ ਲੱਤਾਂ ਜਦ ਬਰਾਬਰ ਕੀਤੀਆਂ ਜਿਵੇਂ ਖੂਹ ਤੇ ਦੇਖੀ ਆ, ਖੂਹ ਘੁੰਮਦਾ ਦੇਖਿਆ, ਖੂਹ ਗਿਰਦਾ ਦੇਖਿਆ, ਕਿਤੇ ਗਰਦਨ ਵਾਂਗੂ ਲੱਤਾਂ ਕਰੀਆਂ ਸਿੱਧੀਆਂ ਤੇਰੀਆਂ ਅੱਜ। ਕਰ ਮੈਨੂੰ ਐ ਲੱਗੇ ਵੀ ਇਹ ਕੀ ਕਪਾਹ ਕਰਮੇ ਦੇ ਜਦ ਆਇਆ ਕੋਈ 50 ਦਾ ਨੋਟ ਹੌਲੀ ਦੇਖ ਛਪਾਈ ਨੂੰ ਦਾਦਾ ਉਹਨੇ ਮੋਚਨੇ ਵਾਂਗੂ ਹੱਥ ਦੇ ਨਾਲ ਹਵਲਾ ਚੁਫਾ ਲਿਆ। ਇਹ ਲੰਗੜੋ ਕਿੱਦਾਂ ਮੂੰਹੋਂ ਨੀ ਬੋਲਦਾ ਜਿਵੇਂ ਰੋਪਣੇ ਤੇ ਬੈਠਾ ਹੁੰਦਾ, ਪੰਜਾਹਾਂ ਪੰਜੂਹਾਂ ਦਾ ਕੱਖ ਨੀ ਹੁੰਦਾ, ਅੱਥ ਨੇ ਤਾਂ ਹਲੇ ਹੋਰ ਕੰਮ ਉਹ ਮੁਰਗੇ ਦੀ ਵੀ ਗੱਲ ਚੱਲਣੀ ਹੈ। ਇਹਨੂੰ ਆਪਦੀ ਬਹੂ ਦੀਆਂ ਗੱਲਾਂ ਚੇਤੇ ਆਉਂਦੇ ਤਾਂ ਨੀ ਬੋਲਦਾ, ਦੂਜੇ ਨੇ ਆ ਕੇ ਕਿਹਾ। ਆਉਂਦੀਆਂ ਹੋਣਗੀਆਂ ਇਹਨੂੰ ਬਹੂ ਦੀਆਂ ਗੱਲਾਂ, ਮੂੰਹ ਤਾਂ ਦੇਖ ਚਿੱਬੜ ਅਰ ਗਿਆ ਇਹਦਾ। ਮੱਲਾ ਕਾਹਨੂੰ ਇਹਨੂੰ ਇਹਨੂੰ ਹੱਡ ਦੇਣਾ ਜੀ, ਤਾਂ ਇਹ ਤਾਂ ਵਿਗੜੇ ਹੋਏ ਨੇ, ਹੁਣ ਤੇ ਤੋਂ ਹੋਰ ਭਾਲਣਗੇ। ਪਰ ਬਾਬਾ ਕੀ ਕਰੀਏ, ਕੁੱਟਣਗੇ, ਕੁੱਟਣਾ ਤਾਂ ਪੁੱਤ ਤੈਨੂੰ ਇਹਨਾਂ ਨੇ ਪੱਕਾ ਹੈ। ਇਹ ਤਾਂ ਮੇਰਾ ਸਾਡਾ ਸਰਪੰਚ ਕਹਿ ਗਿਆ, ਸਰਪੰਚ ਸਰਪੰਚ ਨੂੰ ਕੀ ਪੁੱਛਦੇ ਨੇ, ਸਾਡੇ ਵਾਲਾ ਵੀ ਕਹਿ ਗਿਆ ਸੀ। ਰਾਤ ਇਹਨਾਂ ਨੇ ਮੈਨੂੰ ਛੱਜ ਵਾਂਗੂ ਛੜਕਾ ਤਾ, ਸਾਰਾ ਛੜਕਾ ਤਾ ਪੂਰਾ ਮੈਨੂੰ। ਆ ਦੇਖ ਲੈ ਹਾਏ ਹਾਏ ਹੋਈ ਪਈ ਆ, ਤੇਰੇ ਤੇ ਵੀ ਅੱਜ ਨਗਰੂਟੀ ਹੋਣੀ ਆ। ਰੋਈ ਨਾ, ਪਰ ਜਿੰਨਾ ਕੈੜਾ ਹੋਵੇਗਾ ਕੈੜਾ ਨਹੀਂ ਕੁੱਟਣਗੇ। ਗੱਲ ਕਾਣਾ ਕਰ ਮਰਦ ਮਨ ਸਾਡੇ ਵਾਲ ਨੀ, ਦੇਖ ਪੂਰਾ ਮਹੀਨਾ ਹੋ ਗਿਆ ਨਿੱਤ ਹੁੰਦੀ ਹੈ। ਚੱਲ ਬਾਬਾ ਜੀ ਥਾਣੇਦਾਰ ਥਾਣੇ ਪਹੁੰਚ ਗਿਆ, ਥਾਣੇਦਾਰ ਤੇ ਮੁਨਸ਼ੀ ਨੇ ਸਾਂਝਾ ਪੈਗ ਸ਼ੁਰੂ ਕੀਤਾ। ਉੱਪਰੋਂ ਉੱਪਰੋਂ ਥੋੜੀ ਪੀਤੀ ਦਾਰੂ ਨੇ ਅੰਦਰ ਭੰਦੋੜ ਪਾਇਆ। ਥਾਣੇਦਾਰ ਨੇ ਗਰਮੀ ਕਰਕੇ ਪੱਗ ਲਾਤੀ, ਲਾਲ 50 ਮੱਥੇ ਨੂੰ ਚਿੰਬੜੀ ਪਈ, ਇਉਂ ਚਿੰਬੜੀ ਪਈ ਸੀ ਜਿਵੇਂ ਕਹਿੰਦੀ ਮੈਂ ਉਤਰਨਾ ਹੀ ਨੀ, ਜਿਵੇਂ ਚਿਰਾਂ ਬਾਅਦ ਮਿਲੇ ਦੋ ਮਿੱਤਰ ਚਿੰਬੜਦੇ ਹੁੰਦੇ। ਕਰਮੇ ਨੂੰ ਹਵਾ ਲਾ ਚੋ ਕੱਢੋ ਇਹ ਬਹੂ ਮਾਰ ਨੂੰ, ਸਰਪੰਚ ਮੂਹਰੇ ਹੋ ਕੇ ਥਾਣੇਦਾਰ ਨੇ ਗਾਲ ਕੱਢ ਕੇ ਸਿੱਧੀ ਡਾਂਗ ਜਦ ਮੋਹਰਾਂ ਤੇ ਮਾਰੀ, ਕਰਮੇ ਦੇ ਲੇਰਾਂ ਪੈਣ। ਆਪਦੀ ਬਹੂ ਮਾਰਤੀ ਤੇਰਾ ਕੀ ਖਾਂਦੀ ਸੀ ਓਏ, ਪੈਂਦੀ ਸੱਤੇ। ਥਾਣੇਦਾਰ ਨੇ ਸਲੋਕ ਪੜਿਆ, ਮਾਪਿਓ ਧੀਆਂ ਵਾਲੀ ਆ, ਮੈਂ ਤਾਂ ਬਿਲਕੁਲ ਹੀ ਬੇਕਸੂਰ ਆ, ਮੈਂ ਗਊ ਦੀ ਪੂਛ ਨੂੰ ਹੱਥ ਲਾਉਣਾ, ਸਾਰੇ ਪਿੰਡ ਨੂੰ ਪਤਾ ਕੁੱਟ ਤੋਂ ਡਰਦਾ, ਤੂੰ ਗਧੇ ਦੇ ਪੈਰਾਂ ਨੂੰ ਪਵੇਗਾ। ਦੜ ਦੇ ਕੇ ਇੱਕ ਡਾਂਗ ਹੋਰ ਮੋਹਰਾ, ਜਿਹਾ ਜਾ ਨੰਦੂ ਬਾਹਮਣ ਉਹ ਜਾ ਘੁੱਦੂ ਜੇਠ। ਥਾਣੇਦਾਰ ਨੇ ਕਰਮੇ ਤੇ ਡੰਡਿਆਂ ਦਾ ਮੀਂਹ ਵਰਾਤਾ, ਬੋਲ ਬੋਲਦਾ ਨੀ, ਕਰੇਵਾ ਦੇਣਿਆ ਤੇਰੀ ਗਾਲਾਂ ਤੇ ਗਾਲਾਂ। ਕਰਮਾ ਜਿਹੜਾ ਪਿੰਜ ਤੁਰਿਆ ਡਾਂਗ ਫਿਰ, ਕਰਮਾ ਸਰਪੰਚ ਕਹਿ ਕੇ ਗਿਆ ਸੀ ਜੀ, ਸਰਪੰਚ ਤੇ ਵੀ ਆਉਂਦੇ ਨੇ ਹੱਥ ਨੇ ਸਰਪੰਚ, ਜੇ ਸਰਪੰਚਾਂ ਦੀ ਸੁਣ ਲੱਗ ਗਏ ਫਿਰ ਅਸੀਂ ਕੇਸ ਬਣਾ ਗਏ, ਕੇਸ ਤਾਂ ਅਸੀਂ ਹੁਣ ਬਣਾਉਣਾ, ਅੰਗੂਠਾ ਲਵਾਉਣਾ 306 ਦਾ ਪੁੱਤ, ਦੇਖ ਤਾਂ ਸਹੀ ਬਣਦਾ ਕੀ ਹੈ। ਮਰੇ ਮਰੇ ਹੋਏ ਵਾਂਗੂ ਘੜੀਸ ਕੇ ਕਰਮਾ ਅੰਦਰ ਸਿੱਟਿਆ। ਪਹਿਲੀ ਤਾਂ ਮੱਲਾ ਪਾਸ ਕਰੇ ਆਇਆ, ਬਜ਼ੁਰਗ ਹਵਾ ਲਾਤੀ ਇਹਨੇ ਕਿਹਾ, ਬਸ ਕਾਇਮ ਲੈ ਜਵਾਨਾ, ਪਸ਼ੂ ਦੀ ਮੋਜ ਤੇ ਗੋਲ ਮਿਲਟ ਦੇ ਝਿੜਕੇ ਦਾ ਕੀ ਹੁੰਦਾ ਹੈ। ਦੂਜਾ ਪਿੱਛੋਂ ਬੋਲਿਆ, ਟੱਟਾ ਆਪਣੇ ਟੱਟਾ, ਇਹ ਸੱਟਾਂ ਤੈਨੂੰ ਘਿਓ ਵਾਂਗੂ ਲੱਗਣਗੀਆਂ, ਜਾ ਕਦੇ ਨੀ ਡੋਲਦਾ। ਉਸਨੇ ਮੁੱਠੀ ਬੰਦ ਕਰ ਫਿਰ ਖੋਲ ਕੇ ਹਵਾ ਚ ਲਹਿਰਾਈ, ਜਿਵੇਂ ਤਿਰੰਗਾ ਝੂਲਦਾ ਹੁੰਦਾ, ਜਿਵੇਂ ਬਹੁਤ ਲੈਕਚਰ ਦਿੰਦਾ ਹੁੰਦਾ, ਉਰੇ ਇਹਨੂੰ ਹੋਰ ਨਾਲੇ ਕਾਇਮ ਕਰਾਂ ਤੈਨੂੰ। ਉਹਨੇ ਚਾਦਰ ਦੇ ਲੜ ਨਾਲੋਂ ਭੋਰਾ ਮਾਲ ਕੱਢ ਕੇ ਉਹਦੇ ਗਲ ਨੂੰ ਲਾਤਾ, ਖਾਲਾ ਅੰਦਰ ਨੂੰ ਕਰ ਲੈ, ਇਹਦੇ ਸਹਾਰੇ ਸੇਵਾਦਾਰਨੀ ਦੇ ਮਹੀਨਾ ਕੱਢਿਆ ਮੈਂ ਤਾਂ ਅੰਦਰ, ਸਾਡੇ ਲਈ ਵੇਖ ਪਹਿਲਾਂ ਮੇਰੇ ਉੱਪਰ ਵੀ ਗੇੜਾ ਦੇ ਕੇ ਸਾਹ ਵਾਂਗੂ ਕਦੇ ਖੱਬੇ ਦੀ ਕਦੇ ਸੱਜੇ ਦੀ ਚੜੇ ਆਉਂਦੇ ਸੀ, ਫਿਰ ਮੈਂ ਕੈੜੇ ਕਰਤੇ, ਇੱਕ ਦਿਨ ਹੁਣ ਹਟਿਆ। ਅੱਥ ਨੇ ਇੰਦਰ ਗਿੱਲ ਤੇ ਬਰਾੜ ਰੋਟੀ ਦੇਣ ਆਏ, ਤਾਂ ਇੰਦਰ ਜਦ ਰੋਟੀ ਦੇਣ ਆਇਆ ਕਰਮਾ ਖਿੰਡਿਆ ਪਿਆ, ਮੈਨੂੰ ਮਾਰਤਾ ਵੀਰ, ਇਹਨਾਂ ਨੇ ਮੇਰਾ ਕੱਖ ਨੀ ਛੱਡਣਾ, ਮੇਰੇ ਤੇ ਕੱਲ ਦੀ ਦਿਹਾੜੀ ਨੀ ਘੱਟ ਹੋਣੀ, ਮੈਂ ਮਰ ਜੂ। ਇੰਦਰ ਨੇ ਲੈ ਰੋਟੀ ਖਾ ਤੂੰ, ਇੰਦਰ ਕਾਮਰੇਡ ਔਖਾ ਹੋ ਗਿਆ। ਉਹਨੇ ਬਾਹਰ ਜਾ ਕੇ ਗੱਲ ਕੀਤੀ ਗਿੱਲ ਨੂੰ, ਗਿੱਲ ਨੂੰ ਕਹਿੰਦਾ ਕਰਮਾ ਬਹੁਤ ਕੁੱਟਿਆ, ਅੱਛਾ
ਅੱਜ ਕੁੱਟਿਆ, ਨਾਲੇ ਸਰਪੰਚ ਨੂੰ ਰੁਪਈਏ ਦਿੱਤੇ ਆਪਾਂ 5,000, ਫੇਰ ਕਿਵੇਂ ਕੁੱਟ ਗਿਆ? ਕੋਈ ਨਾ ਕੋਈ ਗੱਲ ਹੈ, ਸਰਪੰਚ ਨੇ ਅੰਦਰ ਗੜਬੜ ਕੀਤੀ ਆ, ਮੁੰਡਾ ਬੰਦਾ ਦਾ ਕੁੱਟਤਾ ਆਪਣਾ। ਗਿੱਲ ਨੇ ਗੇੜਾ ਦਿੱਤਾ ਗੱਡੀ ਦੇ ਵਿੱਚੋਂ, ਜਿਵੇਂ ਘੋੜੀ ਤੋਂ ਉਤਰਦਾ ਇਉਂ ਜੀਪ ਚੋਂ ਉਤਰਿਆ। ਬਰਾੜ ਗਿਆ, ਹੈ ਬਈ ਗੱਲ ਨਾ ਉਹ ਨਾ ਕਰਦੀ, ਹੈ ਬਈ ਖੜਾ ਹੋਏ ਟੈਕ ਮੂਹਰੇ ਮੂਹਰੇ ਜਦ ਤੁਰਨ ਲੱਗੇ ਥਾਣੇ ਬਣਨ ਵੇਲੇ ਤਾਂ ਮੂਹਰੇ ਮੁਨਸ਼ੀ ਆ ਗਿਆ। ਮੁਨਸ਼ੀ ਨੂੰ ਕਹਿੰਦਾ ਥਾਣੇਦਾਰ ਕਿੱਥੇ ਆ? ਉਹ ਕਹਿੰਦਾ ਬੋਲਦਾ ਕਿਵੇਂ, ਬੋਲਣਾ ਕਿਵੇਂ ਆ ਓਏ, ਜਿਵੇਂ ਬੋਲੀ ਦਾ ਓਕਣ ਬੋਲੀ ਦਾ, ਥਾਣੇਦਾਰ ਦੱਸ ਕਿੱਥੇ ਆ? ਅੰਦਰ ਬੈਠੇ ਨੇ। ਮੁਨਸ਼ੀ ਜਰਕ ਗਿਆ ਵੀ ਬੰਦਾ ਕਿਹੜਾ। ਲਹਿਰੀਏ ਵਾਂਗੂ ਤੁਰਦਾ ਥਾਣੇਦਾਰ ਦੇ ਦਫ਼ਤਰ ਚ ਗਿੱਲ ਸਿੱਧਾ ਜਾ ਵੜਿਆ। ਥਾਣੇਦਾਰ ਸਾਹਿਬ, ਸਾਡਾ ਬੰਦਾ ਕੁੱਟਿਆ। ਉਹ ਕਹਿੰਦਾ ਕੁੱਟਿਆ ਕਾਹਦੇ ਲਈ ਜੀ? ਕੁੱਟਿਆ ਫਿਰ ਉਹਨੇ ਬਹੂ ਮਾਰੀ ਹੈ, ਤੇ ਉਹ ਬਹੂ ਕਿਹਨੇ ਮਾਰੀ ਹੈ? ਤੁਹਾਨੂੰ ਪਤਾ ਲੱਗਿਆ ਪਿੰਡ ਚ? ਪਿੰਡ ਚ ਹੈ ਸੀ ਉਹ ਬਹੂ, ਜ਼ਹਿਰ ਖਾ ਕੇ ਮਰੀ ਹੈ, ਇਹਨੇ ਨੀ ਮਾਰੀ। ਨਾਲੇ ਸਸੀ ਸਰਪੰਚ ਨਾਲ ਗੱਲ ਨੈਬ ਲਈ ਸੀ, ਫੇਰ ਵੀ ਤੁਸੀਂ ਕੁੱਟਿਆ? ਸਰਪੰਚ ਨੇ ਸਾਡੇ ਨਾਲ ਕੋਈ ਨੀ ਗੱਲ ਨੈਬੀ। 5,000 ਰੁਪਈਆ ਜੇਬ ਚੋਂ ਗੁੱਥੀ ਕੱਢ ਕੇ ਗਿੱਲ ਨੇ ਦੜਾਇਕ ਦੇ ਕੇ ਮੇਜ਼ ਤੇ ਮਾਰੀ। ਆ ਫੜੋ, ਇੰਨਾ ਕਰਮੇ ਦਾ ਵਜਨ ਆ, ਉਨੇ ਨੋਟ ਬਰਾਬਰ ਰੱਖ ਦਿਆਂਗੇ ਭਾਈ ਨੂੰ ਸਾਡੇ ਨੂੰ। ਕਿਤੇ ਭੋਰਾ ਵੀ ਹਵਾ ਦੀ ਵੀ ਲਾਗੀ ਤਾਂ ਦੇਖ ਲਿਓ, ਖਿਆਲ ਰੱਖਿਓ। ਗਿੱਲ ਕਹਿੰਦੇ ਆ ਮੈਨੂੰ, ਪਤਾ ਨੀ ਕਿਹੜੇ ਵਜੂਦ ਦੇ ਵਿੱਚ ਥਾਣੇਦਾਰ ਨੂੰ ਐਂ ਗੱਲ ਕਹਿ ਕੇ ਗਿੱਲ ਤੁਰਿਆ ਜਾਂਦਾ ਸੀ। ਥਾਣੇਦਾਰ ਕੁਰਸੀ ਤੋਂ ਖੜਾ ਹੋ ਕੇ ਦੇਖ ਰਿਹਾ ਸੀ ਵੀ ਆਹ ਬਰੋੜਾ ਕਿੱਧਰ ਨੂੰ ਤੁਰਿਆ ਜਾਂਦਾ, ਤੁਰਿਆ ਜਾਂਦਾ। ਮੁਨਸ਼ੀ ਮੂਹਰੇ ਹੋ ਗਈ ਗੱਲ, ਗੱਲ ਸੁਣ ਲੈ, ਤੇਰੇ ਸਰਦਾਰ ਨੂੰ ਵੀ ਕਹਿਤਾ, ਆਪਣੇ ਚੇਲਿਆਂ ਨੂੰ ਕਹਿ ਦੀ ਕਰਮੇ ਨੂੰ ਹੱਥ ਨਾ ਲਾਉਣ ਜਮਾਈ। ਇੰਨੀ ਗੱਲ ਕਹਿੰਦਾ ਕਰਮੇ ਨੇ ਝਾਕਿਆ ਅੰਦਰੋਂ ਹਵਾਲਾਤ ਦੇ ਵਿੱਚੋਂ, ਸਿੱਖਾਂ ਦੇ ਵਿੱਚੋਂ। ਗਿੱਲ ਦਾ ਤੋਰਾ ਦੱਸਦਾ ਸੀ ਵੀ ਜੇਤੂ ਵਾਂਗੂ ਬਾਹਰ ਜਾ ਰਿਹਾ ਸੀ, ਕਰਮੇ ਵੱਲ ਨੂੰ ਹੱਥ ਖੜਾ ਕਰਕੇ ਖਿਆਲ ਰੱਖੀ ਹੁਣ ਨੀ ਹੱਥ ਲਾਉਂਦੇ ਤੈਨੂੰ, ਸਵੇਰੇ ਦੱਸੀ ਜਾਂ ਰੋਟੀ ਲੈ ਕੇ ਆਈਏ। ਬਰਾੜ ਜਾਂਦਿਆਂ ਨੂੰ ਸਟੇਰਿੰਗ ਤੇ ਬੈਠੇ, ਉਹਨਾਂ ਨੂੰ ਪਤਾ ਸੀ ਜਦ ਕਿਸੇ ਮਹਿਮ ਤੋਂ ਮੁੜਦਾ ਨਾਲ ਬੈਠ ਕੇ ਉਹ ਹੁਕਮੀਆਂ ਕਰਦਾ, ਚੱਲ ਬਰਾੜਾ ਕੱਢ ਜੀਪ ਹੋਏ ਤੁਰ। ਇੰਨੀ ਗੱਲ ਕਹਿੰਦਿਆਂ ਬਰਾੜ ਨੇ ਗੱਲ ਪੁੱਛੀ, ਕੀ ਹੋਈ? ਹੋਣਾ ਕੀ ਹੈ, ਬਸ ਉਹੀ ਹੁੰਦੀ ਹੈ ਜਿਹੜੀ ਅੱਗੇ ਕਰੀ ਦੀ ਹੈ। ਕਰਮਾ ਹਵਾਲਾ ਚ ਬੈਠਾ ਰੱਬ ਵਰਗੇ ਯਾਰਾਂ ਨੂੰ ਦੀਆਂ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰ ਰਿਹਾ ਸੀ।